ਵੈਲੈਂਟਾਈਨ ਡੇ ਤੇ ਪ੍ਰੇਮਿਕਾ ਦੇ ਘਰ ਪਹੁੰਚਿਆ ਪ੍ਰੇਮੀ, ਪਰਿਵਾਰ ਨੇ ਕੀਤੀ ਪ੍ਰੇਮੀ ਦੀ ਛਿੱਤਰ ਪਰੇਡ, ਦੋਵਾਂ ਦਾ ਫੜ ਕੇ ਕਰਵਾ ਦਿੱਤਾ ਵਿਆਹ। 19 ਸਾਲ ਦਾ ਹੈ ਪ੍ਰੇਮੀ ਤੇ 20 ਸਾਲ ਦੀ ਹੈ ਪ੍ਰੇਮਿਕਾ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਇੱਕ ਪ੍ਰੇਮੀ ਜੋੜੇ ਦਾ ਜ਼ਬਰਦਸਤੀ ਵਿਆਹ ਕਰਵਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 19 ਸਾਲ ਦਾ ਪ੍ਰੇਮੀ ਆਪਣੀ 20 ਸਾਲ ਦੀ ਪ੍ਰੇਮਿਕਾ ਨੂੰ ਵੈਲੈਂਟਾਈਨ ਡੇ ਤੇ ਉਸਦੇ ਘਰ ਮਿਲਣ ਦੇ ਲਈ ਪਹੁੰਚਿਆ ਸੀ, ਪਰ ਜਿਵੇਂ ਹੀ ਘਰ ਦੇ ਪਿਛਲੇ ਪਾਸੇ ਦੋਵੇਂ ਆਪਣੇ ਪਿਆਰ ਦਾ ਇੱਕ ਦੂਜੇ ਨਾਲ ਖੁੱਲ ਕੇ ਇਜ਼ਹਾਰ ਕਰ ਰਹੇ ਸੀ, ਤਾਂ ਉਸ ਸਮੇਂ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਜਦੋਂ ਉਸਨੇ ਪ੍ਰੇਮਿਕਾ ਦੇ ਘਰ ਵਾਲਿਆਂ ਨੂੰ ਇਸਦੀ ਸੂਚਨਾ ਦਿੱਤੀ ਤਾਂ ਪਿੰਡ ਵਾਲਿਆਂ ਦੇ ਨਾਲ ਨਾਲ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰੇਮੀ ਦੀ ਖੂਬ ਛਿੱਤਰ ਪਰੇਡ ਕੀਤੀ, ਜਿਸ ਤੋਂ ਬਾਅਦ ਇਹਨਾਂ ਨੂੰ ਪਿੰਡ ਤੋਂ ਹੀ 2 ਕਿਲੋਮੀਟਰ ਦੂਰ ਇੱਕ ਮੰਦਿਰ ਦੇ ਵਿੱਚ ਲਿਜਾ ਕੇ ਦੋਵਾਂ ਦਾ ਵਿਆਹ ਕਰਵਾ ਦਿੱਤਾ। ਕਿਹਾ ਜਾ ਰਿਹਾ ਕਿ ਦੋਵੇਂ 1 ਸਾਲ ਤੋਂ ਇੱਕ ਦੂਜੇ ਨੂੰ ਖੂਬ ਪਿਆਰ ਕਰ ਰਹੇ ਸੀ ਅਤੇ ਇਹ ਉਹਨਾਂ ਦਾ ਪਹਿਲਾ ਵੈਲੈਂਟਾਈਨ ਡੇ ਸੀ, ਪਰ ਪਹਿਲਾ ਹੀ ਵੈਲੈਂਟਾਈਨ ਡੇ 'ਤੇ ਉਹਨਾਂ ਦਾ ਆਪਸ ਦੇ ਵਿੱਚ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ। ਤਾਂ ਮਾਮਲਾ ਬਿਹਾਰ ਦੇ ਬੇਤਿਆ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪ੍ਰੇਮੀ ਅਤੇ ਪ੍ਰੇਮਿਕਾ ਦਾ ਵਿਆਹ ਕਰਵਾਇਆ ਗਿਆ। ਹਾਲਾਂਕਿ ਪ੍ਰੇਮੀ 19 ਸਾਲ ਹੈ ਜਦਕਿ ਪ੍ਰੇਮਿਕਾ 20 ਸਾਲ ਦੀ ਹੈ। ਪਹਿਲੇ ਵੈਲੈਂਟਾਈਨ ਡੇ 'ਤੇ ਪ੍ਰੇਮੀ ਪ੍ਰੇਮਿਕਾ ਦੇ ਘਰ ਪਹੁੰਚਿਆ ਸੀ ਅਤੇ ਜਿਵੇਂ ਹੀ ਘਰ ਦੇ ਪਿਛਲੇ ਪਾਸੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗਿਆ ਤਾਂ ਉਸਨੂੰ ਪਿੰਡ ਦੇ ਹੀ ਇੱਕ ਨੌਜਵਾਨ ਨੇ ਕਾਬੂ ਕਰ ਲਿਆ। ਵੈਲੈਂਟਾਈਨ ਡੇ 'ਤੇ ਪ੍ਰੇਮਿਕਾ ਦੇ ਘਰ ਪਹੁੰਚਿਆ ਪ੍ਰੇਮੀ, ਪਰਿਵਾਰ ਨੇ ਕੀਤੀ ਪ੍ਰੇਮੀ ਦੀ ਛਿੱਤਰ ਪਰੇਡ, ਦੋਵਾਂ ਦਾ ਫੜ ਕੇ ਕਰਵਾ ਦਿੱਤਾ ਵਿਆਹ। 19 ਸਾਲ ਦਾ ਹੈ ਪ੍ਰੇਮੀ ਤੇ 20 ਸਾਲ ਦੀ ਹੈ ਪ੍ਰੇਮਿਕਾ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਇੱਕ ਪ੍ਰੇਮੀ ਜੋੜੇ ਦਾ ਜ਼ਬਰਦਸਤੀ ਵਿਆਹ ਕਰਵਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 19 ਸਾਲ ਦਾ ਪ੍ਰੇਮੀ ਆਪਣੀ 20 ਸਾਲ ਦੀ ਪ੍ਰੇਮਿਕਾ ਨੂੰ ਵੈਲੈਂਟਾਈਨ ਡੇ 'ਤੇ ਉਸਦੇ ਘਰ ਮਿਲਣ ਦੇ ਲਈ ਪਹੁੰਚਿਆ ਸੀ, ਪਰ ਜਿਵੇਂ ਹੀ ਘਰ ਦੇ ਪਿਛਲੇ ਪਾਸੇ ਦੋਵੇਂ ਆਪਣੇ ਪਿਆਰ ਦਾ ਇੱਕ ਦੂਜੇ ਨਾਲ ਖੁੱਲ ਕੇ ਇਜ਼ਹਾਰ ਕਰ ਰਹੇ ਸੀ ਤਾਂ ਉਸ ਸਮੇਂ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਜਦੋਂ ਉਸਨੇ ਪ੍ਰੇਮਿਕਾ ਦੇ ਘਰ ਵਾਲਿਆਂ ਨੂੰ ਇਸਦੀ ਸੂਚਨਾ ਦਿੱਤੀ ਤਾਂ ਪਿੰਡ ਵਾਲਿਆਂ ਦੇ ਨਾਲ ਨਾਲ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰੇਮੀ ਦੀ ਖੂਬ ਛਿੱਤਰ ਪਰੇਡ ਕੀਤੀ, ਜਿਸ ਤੋਂ ਬਾਅਦ ਇਹਨਾਂ ਨੂੰ ਪਿੰਡ ਤੋਂ ਹੀ 2 ਕਿਲੋਮੀਟਰ ਦੂਰ ਇੱਕ ਮੰਦਿਰ ਦੇ ਵਿੱਚ ਲਿਜਾ ਕੇ ਦੋਵਾਂ ਦਾ ਵਿਆਹ ਕਰਵਾ ਦਿੱਤਾ। ਕਿਹਾ ਜਾ ਰਿਹਾ ਕਿ ਦੋਵੇਂ 1 ਸਾਲ ਤੋਂ ਇੱਕ ਦੂਜੇ ਨੂੰ ਖੂਬ ਪਿਆਰ ਕਰ ਰਹੇ ਸੀ ਅਤੇ ਇਹ ਉਹਨਾਂ ਦਾ ਪਹਿਲਾ ਵੈਲੈਂਟਾਈਨ ਡੇ ਸੀ, ਪਰ ਪਹਿਲਾ ਹੀ ਵੈਲੈਂਟਾਈਨ ਡੇ 'ਤੇ ਉਹਨਾਂ ਦਾ ਆਪਸ ਦੇ ਵਿੱਚ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ। ਤਾਂ ਮਾਮਲਾ ਬਿਹਾਰ ਦੇ ਬੇਤਿਆ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪ੍ਰੇਮੀ ਅਤੇ ਪ੍ਰੇਮਿਕਾ ਦਾ ਵਿਆਹ ਕਰਵਾਇਆ ਗਿਆ। ਹਾਲਾਂਕਿ ਪ੍ਰੇਮੀ 19 ਸਾਲ ਹੈ ਜਦਕਿ ਪ੍ਰੇਮਿਕਾ 20 ਸਾਲ ਦੀ ਹੈ। ਪਹਿਲੇ ਵੈਲੈਂਟਾਈਨ ਡੇ 'ਤੇ ਪ੍ਰੇਮੀ ਪ੍ਰੇਮਿਕਾ ਦੇ ਘਰ ਪਹੁੰਚਿਆ ਸੀ ਅਤੇ ਜਿਵੇਂ ਹੀ ਘਰ ਦੇ ਪਿਛਲੇ ਪਾਸੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗਿਆ ਤਾਂ ਉਸਨੂੰ ਪਿੰਡ ਦੇ ਹੀ ਇੱਕ ਨੌਜਵਾਨ ਨੇ ਕਾਬੂ ਕਰ ਲਿਆ।